ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਏਕ ਓਂਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਅਰਬ ਕੰਟਰੀ ਸ਼ੁਰੂ ਹੋਇਆ ਸੀ। ਅਰਬ ਕੰਟਰੀ ਇੰਗਲੈਂਡ ਹੋਰ ਕੰਟਰੀਆਂ ਜਾਂਦੇ ਜਾਂਦਿਆਂ ਜਨਮ ਚ ਲੰਮਾ ਟਾਈਮ ਰਿਹਾ, ਕੈਨੇਡਾ 'ਚ ਮਿਲਿਆ ਥੋੜ੍ਹਾ ਟਾਈਮ ਵਾਸਤੇ, ਪਰ ਮੈਂ ਆਪਣੀ ਇਹ ਜਨਮ ਭੂਮੀ ਨਾਲ ਨਹੀਂ ਛੁੱਟ ਸਕਿਆ। ਮੇਰਾ ਇੱਥੇ ਪਿਆਰ ਸੀ। ਜੇ ਮੈਂ ਛੁੱਟੀ ਵੀ ਆਉਂਦਾ ਤਾਂ ਮੈਂ ਰੋਂਦਾ ਇੱਥੋਂ ਵਾਪਸ ਗਿਆ। ਬਾਹਰ ਦਿਲ ਨਹੀਂ ਸੀ ਲੱਗਦਾ, ਬਾਹਰ ਉਹ ਨਹੀਂ ਮੈਨੂੰ ਮਿਲ ਰਿਹਾ ਸੀ ਨਿੱਘ, ਉਹ ਪਿਆਰ ਜੋ ਇੱਥੇ ਹੈ। ਗਰੀਬ ਤੋਂ ਗਰੀਬ ਪਰਿਵਾਰ ਵਿੱਚ ਚਾਹੁੰਦਾ ਕਿ ਬੱਚੇ ਨੂੰ ਪੜ੍ਹਾਇਆ ਜਾਵੇ, ਪਰ ਬੇਟੀ ਜਿਹੜੇ ਵਿਆਹ ਦੇਣੀ ਹੈ ਇਹਨੂੰ ਮੁੱਖ ਰੱਖਦਿਆਂ ਮੈਂ ਸੋਚਿਆ ਕਿ ਆਪਾਂ ਕਿਉਂ ਨਾ ਕੋਈ ਕਰੀਏ, ਸਾਡੇ ਬੱਚਿਆਂ ਨੂੰ ਪੜ੍ਹਾ ਦਈਏ। ਉਹਨਾਂ ਸਲਾਹ ਕੀਤੀਆਂ ਦੇ 5 ਬੱਚਿਆਂ ਦਾ ਆਪਾਂ ਇੱਥੇ ਖਰਚਾ ਚੁੱਕੀਏ, 5 ਬੱਚੇ ਪੜ੍ਹਾ ਦਈਏ। ਅਸੀਂ ਪਿੰਡ ਦੇ ਵਿੱਚ ਅਨਾਊਂਸਮੈਂਟ ਕੀਤੀ ਅਤੇ 153 ਬੇਟੀਆਂ ਆਈਆਂ ਜਿਹੜੀਆਂ ਉਸ ਟਾਈਮ 'ਤੇ ਸਕੂਲ ਜਾਣਾ ਚਾਹੀਦੀਆਂ ਸੀ। ਇਸ ਟਾਈਮ ਕੋਈ 68 ਬੱਚੇ ਨੇ, ਬਾਕੀ ਵਾਧੇ ਘੱਟ ਦਿੰਦੇ ਆ, ਕਈ 115 ਵੀ ਹੋਏ ਆ, ਪਰ ਕੁਝ ਬੱਚੇ ਜਿਹੜੇ ਹੁੰਦੇ ਆ ਉਹਨਾਂ ਦਾ ਨਾਂ ਇੱਥੇ ਆਪਣਾ ਹਿਸਾਬ ਕਿਤਾਬ ਰਲਣਾ ਕਿ ਜੀ ਲੱਗਣ ਦੀ ਇੱਕ ਵੱਖਰੀ ਗੱਲ ਹੈ। ਉਹ ਘਰਾਂ ਤੋਂ ਇਹੋ ਜਿਹਾ ਕੁਝ ਪ੍ਰਾਪਤ ਕਰਕੇ ਆਏ ਹੁੰਦੇ ਆ, ਉਹ ਕੰਧਾਂ ਟੱਪਣੇ ਸ਼ੁਰੂ ਕਰ ਦਿੰਦੇ ਆ, ਉਹਨਾਂ ਵਾਸਤੇ ਵੀ ਸਾਡੇ ਕੋਲ ਇੱਕ ਕਿਸਮ ਦਾ ਅਸੀਂ ਉਹ ਬੱਚੇ ਵਾਸਤੇ ਭੇਜ ਦਿੰਦੇ ਹਾਂ। ਪਰ ਜਿਸ ਬੱਚੇ ਦਾ ਮਾਂ ਬਾਪ ਨਹੀਂ ਹੁੰਦਾ ਉਹਨੂੰ ਅਸੀਂ ਨਹੀਂ ਛੱਡਦੇ ਹੈਗੇ, ਉਹਨੂੰ ਭਾਵੇਂ ਰਾਤ ਮੈਨੂੰ ਵੀ ਜਾਗਣਾ ਪਵੇ ਉਹਨੂੰ ਅਸੀਂ ਖਿਆਲ ਕਰਦੇ ਹਾਂ ਵੀ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਰਿਆਹ 'ਤੇ ਲਿਆਂਦਾ ਜਾਵੇ ਅਤੇ ਆਪਣੇ ਜੀਵਨ ਨੂੰ ਆਪਣੇ ਹੱਥ 'ਚ ਲੈ ਕੇ ਚੰਗਾ ਇਨਸਾਨ ਬਣ ਸਕੇ। ਮੈਂ ਲਾਸਟ ਟਾਈਮ ਦੇ ਵਿੱਚ ਮੈਨੂੰ ਇੰਨੀਆਂ ਮੁਸ਼ਕਲਾਂ ਪਈਆਂ, ਮੈਨੂੰ 3 ਮੱਝਾਂ ਵੇਚਣੀਆਂ ਪਈਆਂ, 40 ਬੱਕਰੀਆਂ ਵੇਚਣੀਆਂ ਪਈਆਂ, ਫਿਰ ਮੈਨੂੰ 3 ਕਿੱਲੇ ਜ਼ਮੀਨ ਵੇਚਣੀ ਪਈ। ਹਾਂਜੀ, ਪਰ ਮੈਂ ਖੁਸ਼ ਹਾਂ ਜਿੰਨਾ ਚਿਰ ਮੇਰਾ ਜੀਵਨ ਚੱਲਦਾ ਕਿਸੇ ਵੀ ਹਿਸਾਬ ਨਾਲ, ਮੈਂ ਮੇਰੇ ਤੋਂ ਬਾਅਦ ਵੀ ਇਹ ਸਿਸਟਮ ਚੱਲਦਾ ਰਹੇ, ਇੱਥੋਂ ਬੱਚਿਆਂ ਦਾ ਬੱਚਿਆਂ ਨੂੰ ਜੀਵਨ ਮਿਲਦਾ ਰਹੇ। ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ। ਕਿਹਾ ਜਾਂਦਾ ਹੈ ਕਿ ਆਪਣੇ ਲਈ ਤਾਂ ਹਰ ਕੋਈ ਜਿੰਦਾ ਹੈ, ਪਰ ਦੁਨੀਆ ਦੇ ਉੱਤੇ ਚੰਦ ਹੀ ਇਨਸਾਨ ਹੋਣਗੇ ਜਿਹੜੇ ਕਿਸੇ ਹੋਰ ਲਈ ਜਿੰਦੇ ਹਨ। ਤੁਹਾਡੀ ਮੁਲਾਕਾਤ ਅੱਜ ਅਸੀਂ ਜਿਸ ਵਿਅਕਤੀ ਨਾਲ ਕਰਵਾਉਣ ਜਾ ਰਹੇ ਹਾਂ, ਇਹ ਕਹਾਵਤ ਉਹਨਾਂ ਦੇ ਬਿਲਕੁਲ ਠੀਕ ਢੁੱਕਦੀ ਹੈ, ਕਿਉਂਕਿ ਉਹਨਾਂ ਵੱਲੋਂ ਵਿਦੇਸ਼ੀ ਧਰਤੀ ਛੱਡ ਆਪਣੇ ਜੱਦੀ ਪਿੰਡ ਆ ਕੇ ਗਰੀਬ ਬੱਚਿਆਂ ਨੂੰ ਫ੍ਰੀ ਵਿੱਦਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸੋ ਭਾਈ ਸਾਹਿਬ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਕੀ ਸ਼ੁਭਨਾਮ ਜੀ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਸਾਰਿਆਂ ਜੀ ਆਇਆਂ ਆਖਦਾ ਪੰਜਾਬ ਚੈਨਲ ਅਤੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਾਰਿਆਂ। ਤੁਹਾਡਾ ਵੀ ਧੰਨਵਾਦ ਜੀ, ਆਪਣਾ ਕੀਮਤੀ ਸਮਾਂ ਦਿੱਤਾ ਤੁਸੀਂ। ਅੱਛਾ ਭਾਈ ਸਾਹਿਬ, ਅਕਸਰ ਹੀ ਦੇਖਦੇ ਹਾਂ ਕਿ ਜਿਹੜੇ ਇੱਕ ਵਾਰ ਬਾਹਰ ਚਲ ਜਾਂਦੇ ਆ ਉਹ ਬਾਅਦ ਵਿੱਚ ਆਪਣੇ ਪਿੰਡ ਆਪਣੇ ਸ਼ਹਿਰ ਵੱਲ ਨੂੰ ਨਹੀਂ ਆਉਂਦੇ, ਪਰ ਤੁਸੀਂ ਇੰਨਾ ਲੰਬਾ ਸਮਾਂ ਬਾਹਰ ਬਤੀਤ ਕੀਤਾ ਫਿਰ ਵੀ ਆਪਣੇ ਪਿੰਡ ਆਣ ਕੇ ਰਹਿ ਰਹੇ ਹੋ। ਜੀ ਸੱਚ ਹੈ, ਕਿਉਂਕਿ ਇੰਨਾ ਲੰਮਾ ਟਾਈਮ ਮੇਰੇ
ਅਰਬ ਕੰਟਰੀ ਸ਼ੁਰੂ ਹੋਇਆ ਸੀ, ਅਰਬ ਕੰਟਰੀ, ਇੰਗਲੈਂਡ, ਹੋਰ ਕੰਟਰੀਆਂ ਜਾਂਦੇ ਜਾਂਦੇ ਆ, ਜਰਮਨ ਚ ਲੰਮਾ ਟਾਈਮ ਰਿਹਾ, ਕੈਨੇਡਾ 'ਚ ਵੀ ਰਿਹਾ ਥੋੜ੍ਹਾ ਟਾਈਮ ਵਾਸਤੇ, ਹਾਂਜੀ, ਪਰ ਮੈਂ ਆਪਣੀ ਇਹ ਜਨਮ ਭੂਮੀ ਨਾਲੋਂ ਨਹੀਂ ਛੁੱਟ ਸਕਿਆ, ਮੇਰਾ ਇੱਥੇ ਪਿਆਰ ਸੀ। ਜੇ ਮੈਂ ਛੁੱਟੀ ਵੀ ਆਉਂਦਾ ਤਾਂ ਮੈਂ ਰੋਂਦਾ ਇੱਥੋਂ ਵਾਪਸ ਗਿਆ ਵਾਂ, ਮਤਲਬ ਬਾਹਰ ਦਿਲ ਨਹੀਂ ਸੀ ਲੱਗਦਾ, ਬਸ ਉਹ ਨਹੀਂ ਮੈਨੂੰ ਮਿਲ ਰਿਹਾ ਸੀ ਨਿੱਘ, ਉਹ ਪਿਆਰ ਜੋ ਇੱਥੇ ਹੈ, ਜੋ ਸਾਡੀ ਇੱਥੇ ਦੇਸ਼, ਸਾਡੀ ਮਾਂ ਭੂਮੀ, ਜਿੱਥੇ ਸਾਡੇ ਜਨਮ ਹੋਏ ਆ, ਜਿੱਥੇ ਸਾਡੇ ਬਜ਼ੁਰਗ, ਜਿੱਥੇ ਸਾਡੇ ਇਹ ਗਵਾਂਢੀ ਪਿਆਰ, ਉਹ ਸਾਡਾ ਵਿਰਸਾ, ਉਹ ਨਹੀਂ ਸੀ ਕਿਤੇ ਵੀ ਅਤੇ ਨਾ ਮਿਲ ਸਕਦਾ ਹੀ। ਕਿਸ ਤਰ੍ਹਾਂ ਜ਼ਿਹਨ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਤੁਸੀਂ ਇੱਥੇ ਆਉਂਦੇ ਹੋ, ਆਣ ਕੇ ਜਿਹੜੇ ਤੁਸੀਂ ਵੇਖਦੇ ਹੋ ਕਿ ਜਿਹੜੇ ਗਰੀਬ ਬੱਚੇ ਨੇ, ਜਿਹੜੇ ਸਕੂਲਾਂ ਦੇ ਵਿੱਚ ਜਾ ਕੇ ਨਹੀਂ ਪੜ੍ਹ ਸਕਦੇ, ਜਿਨ੍ਹਾਂ ਦੇ ਜਿਹੜੇ ਮਾਪੇ ਨੇ ਉਹ ਫੀਸਾਂ ਨਹੀਂ ਪੇ ਕਰ ਸਕਦੇ, ਤਾਂ ਤੁਸੀਂ ਉਹਨਾਂ ਬੱਚਿਆਂ ਦੀ ਸਿਲੈਕਸ਼ਨ ਕਰਦੇ ਹੋ ਔਰ ਬਾਅਦ ਵਿੱਚ ਉਹਨਾਂ ਨੂੰ ਚੰਗੇ ਸਕੂਲਾਂ ਦੇ ਵਿੱਚ ਜਿਹੜੀ ਆ ਵਿੱਦਿਆ ਪ੍ਰਾਪਤ ਕਰਵਾ ਰਹੇ ਹੋ। ਮੈਂ ਜੀ 2014 'ਚ ਇੱਥੇ ਆਇਆ ਸੀ ਰਹਿਣ ਵਾਸਤੇ ਅਤੇ ਥੋੜ੍ਹਾ ਟਾਈਮ ਅੰਮ੍ਰਿਤਸਰ 'ਚ ਗਿਆ, ਪਰ ਮੈਨੂੰ ਉੱਥੇ ਘੁੱਟਮ ਘੁੱਟਮ ਜੀ ਮਹਿਸੂਸ ਹੋਈ, ਨਹੀਂ ਚੰਗਾ ਲੱਗਾ ਮੈਨੂੰ। ਮੈਂ ਆਖਿਆ ਮੈਂ ਆਪਣੇ ਜੱਦੀ ਘਰ ਉੱਥੇ ਪਿੰਡ ਜਾਣਾ, ਉੱਥੇ ਰਹਿਣਾ। ਇੱਥੇ ਆਣ ਕੇ ਜਦੋਂ ਇਹਨੂੰ ਸਵਾਰਿਆ, ਇੱਥੇ ਰਹਿਣਾ ਸ਼ੁਰੂ ਕੀਤਾ, ਪਿੰਡ ਵੇਖਿਆ, ਇੱਥੇ ਮੈਨੂੰ ਉਹ ਨਹੀਂ ਸੀ ਪ੍ਰਾਪਤ ਹੋ ਰਿਹਾ ਜੋ ਪਹਿਲਾਂ ਛੱਡ ਕੇ ਗਿਆ ਸੀ, ਕਾਫੀ ਕੁਝ ਬਦਲ ਚੁੱਕਾ ਸੀ। ਹਾਂਜੀ, ਲੋਕਾਂ 'ਚ ਉਹ ਆਓ ਭਗਤ, ਉਹ ਪਿਆਰ, ਉਹ ਬੱਚਿਆਂ 'ਚ ਉਹ ਇੱਜ਼ਤ ਨਹੀਂ ਸੀ। ਹਾਂਜੀ, ਕਿ ਬੱਚੇ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਹਾਂ, ਹਰ ਇੱਕ ਨੂੰ ਜਿਹਨੇ ਮਿਲਣਾ ਉਹਨੂੰ ਸਤਿ ਸ੍ਰੀ ਅਕਾਲ ਕਹਿਣਾ, ਹਾਂਜੀ, ਉਹ ਕੋਈ ਪਿਆਰ ਲੈਣਾ, ਵੱਡਿਆਂ ਦਾ ਸਤਿਕਾਰ ਕਰਨਾ, ਪਰ ਉਹ ਨਹੀਂ ਸੀ। ਫਿਰ ਕਾਫੀ ਬੱਚੇ ਗਲੀਆਂ ਬਾਜ਼ਾਰ 'ਚ ਇੱਦਾਂ ਹੀ ਫਿਰ ਰਹੇ ਸੀ ਅਤੇ ਮੈਂ ਆਸਤੇ ਆਸਤੇ ਮਹਿਸੂਸ ਕੀਤਾ ਕਿ ਜਿਵੇਂ ਬੇਟੀਆਂ ਦੀ ਪੜ੍ਹਾਈ ਦਾ ਇੱਥੇ ਪ੍ਰਬੰਧ ਬਹੁਤ ਘੱਟ ਆ, ਗਰੀਬ ਤੋਂ ਗਰੀਬ ਪਰਿਵਾਰ ਵੀ ਚਾਹੁੰਦਾ ਕਿ ਬੱਚੇ ਨੂੰ ਪੜ੍ਹਾਇਆ ਜਾਵੇ, ਪਰ ਬੇਟੀ ਜਿਹੜੀ ਵਿਆਹ ਦੇਣੀ ਆ ਇਹਨੂੰ ਮੁੱਖ ਰੱਖਦਿਆਂ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਸੁਪਨਾ ਜਿਹਾ ਆ ਕਿ ਆਪਾਂ ਕਿਉਂ ਨਾ ਕੋਈ ਕਰੀਏ, ਥੋੜ੍ਹੇ ਬੱਚਿਆਂ ਨੂੰ ਪੜ੍ਹਾ ਦਈਏ ਇੱਥੇ। ਅਤੇ ਮੈਂ ਆਪਣੀ ਸਿੰਘਣੀ ਜਿਹੜੀ ਮੇਰੀ ਆ ਉਹ ਔਰਤ, ਉਹ ਜਰਮਨ ਆ, ਉਹਨਾਂ ਸਲਾਹ ਕੀਤੀ ਜਾਂਦੀ ਵੀ 5 ਬੱਚਿਆਂ ਦਾ ਆਪਾਂ ਇੱਥੇ ਖਰਚਾ ਚੁੱਕੀਏ, 5 ਬੱਚੀਆਂ ਪੜ੍ਹਾ ਦਈਏ। ਅਸੀਂ ਪਿੰਡ ਦੇ ਵਿੱਚ ਅਨਾਊਂਸਮੈਂਟ ਕੀਤੀ ਅਤੇ 153 ਬੇਟੀਆਂ ਆਈਆਂ ਜਿਹੜੀਆਂ ਉਸ ਟਾਈਮ 'ਤੇ ਸਕੂਲ ਜਾਣਾ ਚਾਹੁੰਦੀਆਂ ਸੀ। ਅਤੇ ਉੱਥੋਂ ਫਿਰ ਉਸ ਟਾਈਮ 'ਤੇ ਅਸੀਂ 45 ਬੱਚੇ ਲਏ ਸਕੂਲ ਵਾਲਿਆਂ ਦੇ ਕਹਿਣ 'ਤੇ ਵੀ ਆਹ ਬੱਚੇ ਪੜ੍ਹ ਸਕਦੇ ਹੈਗੇ ਆ, ਅਤੇ ਇੱਥੋਂ ਸ਼ੁਰੂਆਤ ਹੋਈ ਜੀ। ਮਤਲਬ ਸ਼ੁਰੂਆਤ 45 ਤੋਂ ਹੋਈ, ਅੱਜ ਜਿਹੜਾ ਆ ਮੈਂ ਦੇਖ ਰਿਹਾ ਕਿ ਘਰ ਦੇ ਵਿੱਚ ਹੀ ਤੁਸੀਂ ਹੋਸਟਲ ਬਣਾਇਆ ਹੋਇਆ, ਤਾਂ ਜਦੋਂ ਤੁਸੀਂ 45 ਬੱਚਿਆਂ ਦੀ ਜਿਹੜੀ ਆ ਉਹ ਐਡਮਿਸ਼ਨ ਇੱਕ ਸਕੂਲ ਦੇ ਵਿੱਚ ਕਰਵਾਉਂਦੇ ਹੋ, ਤਾਂ ਫਿਰ ਜਿਹੜੇ 45 ਬੱਚੇ ਸੀ ਸਕੂਲ ਤੋਂ ਬਾਅਦ ਆਪਣੇ ਵਾਪਸ ਘਰ ਚਲ ਜਾਂਦੇ ਸੀ? ਹਾਂਜੀ, ਉਹ ਜਿਹੜੇ ਬੱਚੇ ਸੀ ਆਪਣੇ 45 ਬੱਚੇ, ਉਹ ਇੱਥੇ ਉਹਨਾਂ ਦੀਆਂ ਟਿਊਸ਼ਨਾਂ ਜਾਂ ਉਹਨਾਂ ਦੀ ਗੁਰਮਤ ਵਿੱਦਿਆ ਜਾਂ ਉਹਨਾਂ ਦੀ ਖੁਰਾਕ ਸਾਰਾ ਕੁਝ ਪ੍ਰਬੰਧ ਸੀ, ਪਰ ਉਹ ਸ਼ਾਮ ਨੂੰ ਸੌਣ ਵਾਸਤੇ ਘਰ ਚਲ ਜਾਂਦੇ ਸੀ। ਪਰ ਮੈਂ ਮਹਿਸੂਸ ਕੀਤਾ ਫਿਰ ਵੀ ਉਹ ਘਰ ਜਾਣ ਦੇ ਨਾਲ ਕਾਫੀ ਕੁਝ ਉਹਨਾਂ 'ਚ ਫਿਰ ਬਦਲਾਅ ਹੋਇਆ ਹੁੰਦਾ ਸੀ, ਜੋ ਮੈਂ ਚਾਹੁੰਦਾ ਸੀ ਉਹ ਤਿਆਰ ਨਹੀਂ ਸੀ ਹੁੰਦਾ। ਇਹ ਚਲੋ ਪਰਮਾਤਮਾ ਨੇ ਹਿੰਮ ਦਿੱਤੀ, ਆਪਾਂ ਰਹਿਸ਼ਾਂ ਤਿਆਰ ਕੀਤੀਆਂ, ਹੁਣ ਮੇਰੇ ਕੋਲ ਪਿੰਡ ਦੇ ਬੱਚੇ ਵੀ ਇੱਥੇ ਕੁਝ ਰਹਿ ਰਹੇ ਆ, ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਬੱਚਾ ਜਿਹੜਾ ਇੱਥੇ ਆਇਆ ਉਹ ਹਰ ਬੱਚਾ ਮੇਰੀ ਗੋਦ 'ਚ ਬਹਿ ਕੇ ਕੁਝ ਪ੍ਰਾਪਤ ਕਰਕੇ ਜਾਵੇ। ਤਾਂ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਬੱਚੇ ਨੇ ਇਸ ਸਮੇਂ ਤੁਹਾਡੇ ਕੋਲ? ਇਸ ਟਾਈਮ ਕੋਈ 68 ਬੱਚੇ ਨੇ, ਬਾਕੀ ਵਾਧੇ ਘੱਟ ਦਿੰਦੇ ਆ, ਕਈ 115 ਵੀ ਹੋਏ ਆ, ਪਰ ਕੁਝ ਬੱਚੇ ਜਿਹੜੇ ਹੁੰਦੇ ਆ ਉਹਨਾਂ ਦਾ ਨਾਂ ਇੱਥੇ ਆਪਣਾ ਹਿਸਾਬ ਕਿਤਾਬ ਰਲਣਾ ਕਿ ਜੀ ਲੱਗਣ ਦੀ ਇੱਕ ਵੱਖਰੀ ਗੱਲ ਹੈ। ਉਹ ਘਰਾਂ ਤੋਂ ਇਹੋ ਜਿਹਾ ਕੁਝ ਪ੍ਰਾਪਤ ਕਰਕੇ ਆਏ ਹੁੰਦੇ ਆ, ਉਹ ਕੰਧਾਂ ਟੱਪਣੇ ਸ਼ੁਰੂ ਕਰ ਦਿੰਦੇ ਆ, ਉਹਨਾਂ ਵਾਸਤੇ ਵੀ ਸਾਡੇ ਕੋਈ ਰਿਕਸ ਹੁੰਦਾ, ਅਸੀਂ ਉਹ ਬੱਚੇ ਵਾਪਸ ਭੇਜ ਦਿੰਦੇ ਹਾਂ। ਪਰ ਜਿਸ ਬੱਚੇ ਦਾ ਮਾਂ ਬਾਪ ਨਹੀਂ ਹੁੰਦਾ ਉਹਨੂੰ ਅਸੀਂ ਨਹੀਂ ਛੱਡਦੇ ਹੈਗੇ, ਉਹਨੂੰ ਭਾਵੇਂ ਰਾਤ ਮੈਨੂੰ ਵੀ ਜਾਗਣਾ ਪਵੇ ਉਹਨੂੰ ਅਸੀਂ ਖਿਆਲ ਕਰਦੇ ਹਾਂ ਵੀ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਰਿਆਤ 'ਤੇ ਲਿਆਂਦਾ ਜਾਵੇ ਅਤੇ ਆਪਣੇ ਜੀਵਨ ਨੂੰ ਆਪਣੇ ਹੱਥ 'ਚ ਲੈ ਕੇ ਚੰਗਾ ਇਨਸਾਨ ਬਣ ਸਕੇ। ਤਾਂ ਜਿਹੜੇ ਤੁਹਾਡੇ ਇੱਥੇ ਬੱਚੇ ਨੇ ਹੁਣ ਇਸ ਸਮੇਂ ਕਿੱਥੇ ਕਿੱਥੇ ਪੜ੍ਹ ਰਹੇ ਨੇ?
ਇਹ ਜਿਹੜੇ ਸਾਡੇ ਇੱਥੇ ਬੱਚੇ ਆ, ਕੁਝ ਬੱਚੇ ਆਪਣਾ ਜੱਟਾ ਪੱਛੀ ਆ ਇੱਥੇ ਪਬਲਿਕ ਸਕੂਲ ਆ, ਪ੍ਰਾਈਵੇਟ ਸਕੂਲ ਉੱਥੇ ਪੜ੍ਹ ਰਹੇ ਆ, ਕੁਝ ਬੱਚੇ ਸ਼੍ਰੋਮਣੀ ਕਮੇਟੀ ਦਾ ਸਕੂਲ ਆ ਅਰਦਾਸ ਉੱਥੇ ਪੜ੍ਹ ਰਹੇ ਆ, ਕੁਝ ਬੱਚੇ ਸਾਡੇ ਯੂਨੀਵਰਸਿਟੀ ਅੰਮ੍ਰਿਤਸਰ ਖਾਲਸਾ ਕਾਲਜ ਉੱਥੇ ਪੜ੍ਹ ਰਹੇ ਆ ਜੀ। ਤਾਂ ਫਿਰ ਇਹਨਾਂ ਜਿਹੜੇ ਬੱਚੇ ਨੇ ਇਹਨਾਂ ਦੀ ਸਾਰਿਆਂ ਦੀ ਜਿਹੜੀ ਫੀਸ ਆ ਉਹ ਤੁਸੀਂ ਮੰਥਲੀ ਪੇ ਕਰਦੇ ਹੋ? ਹਾਂਜੀ, ਇਹਨਾਂ ਸਾਰੇ ਬੱਚਿਆਂ ਦਾ ਜਿਹੜਾ ਖਰਚਾ ਗੁਰੂ ਨਾਨਕ ਸਾਹਿਬ ਆਪ ਹੀ ਕਰਵਾ ਰਹੇ ਨੇ। ਅਤੇ ਕਿਉਂਕਿ ਇੱਕ ਮੇਰੀ ਕੋਸ਼ਿਸ਼ ਹੈਗੀ ਆ ਕਿ ਗੁਰੂ ਨਾਨਕ ਸਾਹਿਬ ਦਾ ਹੁਕਮ ਨਹੀਂ ਗਾ ਮੰਗਣਾ, ਸਾਨੂੰ ਮੰਗਣਾ ਨਹੀਂ ਚਾਹੀਦਾ, ਕਿਉਂ ਅੱਜ ਸਾਡੇ ਸਮਾਜ ਦੇ ਵਿੱਚ ਮੰਗਣ ਦੀ ਆਦਤ ਬਹੁਤ ਪੈ ਚੁੱਕੀ ਹੈ। ਹਾਂ, ਕੋ ਸੇਵਾ ਕਰੇ ਅਤੇ ਸੇਵਾ ਹੱਥ ਜੋੜ ਕੇ ਪਿਆਰ ਦੇ ਨਾਲ ਲੈਣੀ, ਪਰ ਮੈਂ ਮੇਰੀ ਕੋਸ਼ਿਸ਼ ਨਹੀਂ ਕਿ ਕਿਤੇ ਮੰਗਣ ਨਹੀਂ ਜਾਣਾ। ਹਾਂਜੀ, ਹਾਂ ਕੋਈ ਸੇਵਾ ਕਰਨੀ ਚਾਹੁੰਦਾ ਆਣ ਕੇ ਵੇਖ ਕੇ, ਇਹ ਵੀ ਨਹੀਂ ਆਪਣਾ ਕੋਈ ਇੱਦਾਂ ਦੂਰੋਂ ਪੈਸੇ ਭੇਜੀ ਜਾਵੇ, ਚੈੱਕ ਦੇਈ ਜਾਵੇ, ਅਤੇ ਮੈਂ ਅੱਖੀ ਵੇਖ ਕੇ ਆਣ ਕੇ ਸੇਵਾ ਕਰੋ ਜੇ ਕਰਨੀ ਹੈ। ਤਾਂ ਭਾਈ ਸਾਹਿਬ, ਫਿਰ ਇੱਥੇ ਜਿਹੜੇ ਬੱਚੇ ਤੁਸੀਂ ਇੱਥੇ ਹੋਸਟਲ ਬਣਾਇਆ ਹੋਇਆ, ਅਤੇ ਉਹ ਬੱਚੇ ਜਿਹੜੇ ਨੇ ਫਿਰ ਜਿਹੜੇ ਤਾਂ ਲਾਗੇ ਸਕੂਲਾਂ ਦੇ ਵਿੱਚ ਪੜ੍ਹਦੇ ਉਹ ਤਾਂ ਇੱਥੇ ਰਹਿੰਦੇ ਆ, ਪਰ ਜਿਹੜੇ ਬੱਚੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ, ਖਾਲਸਾ ਕਾਲਜ ਦੇ ਵਿੱਚ ਪੜ੍ਹ ਰਹੇ ਨੇ, ਤਾਂ ਡਿਸਟੈਂਸ ਬਹੁਤ ਜ਼ਿਆਦਾ, ਤਾਂ ਉਹਨਾਂ ਨੂੰ ਫਿਰ ਅਪ ਡਾਊਨ ਕਰਨ ਦੇ ਵਿੱਚ ਮੁਸ਼ਕਲ ਨਹੀਂ ਹੁੰਦੀ? ਨਹੀਂ ਜੀ, ਉਹਨਾਂ ਵਾਸਤੇ ਉੱਥੇ ਰਿਹਾਇਸ਼ ਦਾ ਪ੍ਰਬੰਧ ਕੀਤਾ। ਪਹਿਲਾਂ ਸਾਡੇ ਬੱਚੇ ਥੋੜ੍ਹੇ ਸੀ, ਅਸੀਂ ਹੋਸਟਲ 'ਚ ਉੱਥੇ ਰੱਖਦੇ ਸੀ, ਖਾਲਸਾ ਕਾਲਜ ਦੇ ਹੋਸਟਲ 'ਚ, ਪਰ ਹੁਣ ਬੱਚੇ ਜ਼ਿਆਦਾ ਹੋਣ ਕਰਕੇ ਅਸੀਂ ਘਰ ਕਿਰਾਏ 'ਤੇ ਲਿਆਇਆ। ਕਿਸੇ ਨੇ ਇੱਥੇ ਤੁਹਾਡੇ ਕੋਲ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਉਣੀ ਹੋਵੇ ਤਾਂ ਕੀ ਕ੍ਰਾਈਟੀਰੀਆ ਉਸ ਦਾ? ਸਭ ਤੋਂ ਜ਼ਰੂਰੀ ਕਿ ਸਾਡੇ ਵਾਸਤੇ ਇੱਥੇ ਲੋੜਵੰਦ ਬੱਚਾ ਹੋਵੇ। ਹਾਂਜੀ, ਲੋੜਵੰਦ ਪਰਿਵਾਰ ਹੋਵੇ, ਕਿ ਜ਼ਿਆਦਾ ਸਾਡੇ ਝੁਕਾਓ ਹੈਗਾ ਕਿ ਜਿਹਨਾਂ ਬੱਚਿਆਂ ਦੇ ਮਾਂ ਬਾਪ ਦਾ ਆਸਰਾ ਨਹੀਂ ਮਿਲ ਰਿਹਾ, ਉਹਨਾਂ ਬੱਚਿਆਂ ਨੂੰ ਜੀਵਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਹਾਂਜੀ, ਫਿਰ ਵੀ ਅਸੀਂ ਕਿਸੇ ਪਰਿਵਾਰ ਦੇ ਵਿੱਚ ਕਿਸੇ ਕਾਰਨ ਕਰਕੇ ਉਹ ਜ਼ਿਆਦਾ ਬੇਟੀਆਂ ਦਾ ਹੋਈਆਂ ਹੁੰਦੀਆਂ ਨੇ, ਅਤੇ ਉਹ ਅਸੀਂ ਪਹਿਲ ਉਹਨਾਂ ਬੇਟੀਆਂ ਨੂੰ ਦਿੰਦੇ ਹਾਂ। ਹਾਂਜੀ, ਵੈਸੇ ਪਹਿਲ ਸਾਡੀ ਬੇਟੀਆਂ ਨੂੰ ਆ, ਪਰ ਜਿੱਥੇ ਬੇਸਹਾਰਾ ਹੈਗਾ ਉੱਥੇ ਬੇਟੀ ਬੇਟੀ 'ਚ ਕੋਈ ਅੰਤਰ ਨਹੀਂ ਗਾ। ਹਾਂਜੀ, ਅਤੇ ਇਹੀ ਸਾਡਾ ਜੀ, ਕੋਈ ਵੀ ਬੱਚੇ ਦਾ ਹੋ ਰਿਹਾ ਕਿ ਉਹਦਾ ਟੈਸਟ ਲਿਆ ਜਾਂਦਾ ਵਾ, ਉਹ ਪੜ੍ਹਾਈ ਦੇ ਵਿੱਚ ਕਿੱਦਾਂ ਵਾ, ਜੇ ਅਸੀਂ ਜੀਰੋ ਤੋਂ ਵੀ ਨਾ ਨਹੀਂ ਕਰਦੇ ਉਹਨੂੰ, ਪਰ ਅਸੀਂ ਇਹ ਨਾਲ ਸਾਡੇ ਕਹਿੰਦੇ ਵੀ ਸਾਡੇ ਕੋਲ ਆ ਕੇ ਕਿ ਸਿੱਖਿਆ ਕੀ ਆ, ਇਸ ਕਰਕੇ ਅਸੀਂ ਕਿਸੇ ਬੱਚੇ ਨਾ ਨਹੀਂ ਕਰਦੇ, ਪਰ ਲੋੜਵੰਦ ਨੂੰ, ਲੋੜਵੰਦ ਬੱਚਾ। ਤਾਂ ਫਿਰ ਖਾਣ ਪੀਣ ਦੇ ਵਿੱਚ ਬੱਚੇ ਡਿਮਾਂਡ ਕਰਦੇ ਕਿ ਅੱਜ ਅਸੀਂ ਆਹ ਖਾਣਾ ਆ, ਸਾਨੂੰ ਆਹ ਸਪੈਸ਼ਲ ਬਣਵਾ ਕੇ ਦਿਓ? ਹਾਂ, ਬੱਚੇ ਡਿਮਾਂਡ ਕਰਦੇ ਆ, ਬੱਚੇ ਡਿਮਾਂਡ ਕਰਦੇ ਆ ਸਾਨੂੰ ਆਹ ਚਾਹੀਦਾ। ਹੁਣ ਕਈ ਇਹ ਡਿਮਾਂਡ ਕਰਦੇ ਆ ਕਿ ਅਸੀਂ ਅੱਜ ਨਾ ਗਾਜਰਾਂ ਖਾਣੀਆਂ, ਗੋਂਗਲੂ ਖਾਣੇ ਆ, ਅਤੇ ਮੈਂ ਕਹਿੰਦਾ ਚਲਾਓ ਪੈਲੀ ਚੱਲੀਏ, ਆਪਾਂ ਪੁੱਟ ਕੇ ਲਿਆ ਕੇ ਇੱਥੇ ਮੂਲੀਆਂ ਖਾਣੀਆਂ, ਕਿਉਂਕਿ ਸਾਡੇ ਕੋਲ ਸਾਰਾ ਔਰਗੈਨਿਕ ਸਬਜ਼ੀ ਹੈ, ਅਤੇ ਮੈਂ ਬੱਚਿਆਂ ਨੂੰ ਆਪ ਕੋਲ ਬਹਿ ਕਹਿੰਦਾ ਲਿਆਓ ਆਹ ਟੋਕਰਾ ਗੋਂਗਲੂ ਰੱਖ ਲਿਆ, ਆਪਾਂ ਖਾਂਦੇ ਹਾਂ, ਆਓ ਖਾਓ। ਹਾਂਜੀ, ਅਤੇ ਬੱਚਿਆਂ ਦੇ ਜੋ ਬੱਚੇ ਚਾਹੁੰਦੇ ਆ ਉਹ ਤੱਕ ਚੱਲਿਆ ਜਾਂਦਾ ਵਾ, ਪਰ ਕਈ ਵਾਰ ਬੱਚਾ ਕਿਸੇ ਗਲਤ ਦਿਸ਼ਾ ਨੂੰ ਜਾ ਰਿਹਾ ਹੋਵੇ, ਫਿਰ ਉੱਥੋਂ ਮੈਂ ਰੋਕਦਾ ਵੀ ਹਾਂ ਵੀ ਇੱਦਾਂ ਨਹੀਂ, ਆਪਾਂ ਐਂ ਨਹੀਂ ਜਾਣਾ ਹੈਗਾ। ਹਾਂਜੀ, ਕਿਉਂਕਿ ਜ਼ਿੰਮੇਵਾਰੀ ਤੁਹਾਡੀ ਬਣਦੀ ਸਰ। ਹਾਂਜੀ, ਕਿਉਂਕਿ ਬੱਚੇ ਕੁਛ ਸਿੱਖਣਗੇ ਨਾ, ਬੱਚੇ ਆ ਨਾ, ਬਿਲਕੁਲ ਉਹਨਾਂ 'ਚ ਇਨਸਾਨੀਅਤ ਆਵੇ। ਹਾਂਜੀ, ਬਾਕੀ ਮੇਰੀ ਕੋਈ ਕੋਸ਼ਿਸ਼ ਨਹੀਂ ਕਿਸੇ ਬੱਚੇ ਨੂੰ, ਹਰ ਬੱਚੇ ਨੂੰ ਕਿਸੇ ਤਰੀਕੇ ਨੂੰ ਉਹਨੂੰ ਸਮਝਾਇਆ ਜਾਵੇ ਪਿਆਰ ਨਾਲ, ਕਿਉਂਕਿ ਪਿਆਰ ਸਭ ਤੋਂ ਵੱਡੀ ਚੀਜ਼ ਹੈ। ਬਿਲਕੁਲ। ਤਾਂ ਟਾਈਮਿੰਗ ਕੀ ਰਹਿੰਦੀ ਹੈ, ਸਵੇਰੇ ਬੱਚੇ ਕਿੰਨੇ ਵਜੇ ਉੱਠ ਜਾਂਦੇ ਆ, ਰਾਤ ਸੌਂਦੇ ਕਿੰਨੇ ਵਜੇ ਨੇ, ਸਕੂਲੋਂ ਆਣ ਕੇ ਫਿਰ ਟਿਊਸ਼ਨ ਦਾ ਕਿਸ ਤਰ੍ਹਾਂ ਰਹਿੰਦਾ? ਇਹ ਇੱਦਾਂ ਜੀ, ਸਵੇਰੇ 5 ਵਜੇ ਬੱਚੇ ਉੱਠਦੇ ਆ, 5 ਵਜੇ ਦੀ ਐਕਸਰਸਾਈਜ਼ ਹੁੰਦੀ ਆ। ਹੁਣ ਸਿਆਲ ਦੇ ਦਿਨ ਥੋੜ੍ਹਾ ਲੇਟ ਕਰਤਾ ਅਸੀਂ, ਕਿਉਂਕਿ ਸਕੂਲ ਲੇਟ ਹੋ ਗਿਆ, 10 ਵਜੇ ਸਕੂਲ ਲੱਗਦੇ ਆ, ਅਤੇ ਹੁਣ 6 ਵਜੇ ਉੱਠਦੇ ਆ, 6 ਤੋਂ ਕੋਈ ਅੱਧਾ ਘੰਟਾ ਇਹਦੇ ਟਿਊਸ਼ਨ ਹੁੰਦੀ ਆ, ਫਿਰ ਇਹਨਾਂ ਨੇ ਪਾਣੀ ਪੀਣਾ ਹੁੰਦਾ ਵਾ, ਨਿੰਮ ਦੇ ਪੱਤੇ ਖਾਣੇ ਹੁੰਦੇ ਆ। ਹਾਂਜੀ, ਉਸ ਤੋਂ ਬਾਅਦ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਫਿਰ ਇਹਨਾਂ ਨੇ ਸ਼ਬਦ ਗਾਇਨ ਕਰਨਾ ਹੁੰਦਾ, ਗੁਰਬਾਣੀ ਪੜ੍ਹਨੀ ਹੁੰਦੀ ਹੈ, ਫਿਰ ਆਪਣਾ ਸਵੇਰ ਦਾ ਖਾਣਾ ਖਾ ਕੇ ਸਕੂਲ ਚਲ ਜਾਂਦੇ ਆ।
ਤੇ ਦੁਪਹਿਰਾਂ ਨੂੰ ਫਿਰ ਅਸੀਂ ਇਹਨਾਂ ਮਗਰ ਗਰਮ ਗਰਮ ਖਾਣਾ ਬਣਾ ਕੇ ਆਪ ਭੇਜਦੇ ਹਾਂ ਕਿ ਮੇਰੀ ਕੋਸ਼ਿਸ਼ ਹੁੰਦੀ ਆ ਕਿ ਇਹਨਾਂ ਨੂੰ ਦੁਪਹਿਰ ਦਾ ਖਾਣਾ ਵੀ ਠੰਡਾ ਨਾ ਹੋਵੇ ਕਿਉਂਕਿ ਜੇ ਨਾਲ ਦੇ ਦਈਏ ਟਿਫਨ ਦਿੰਦੇ ਨੇ ਪਹਿਲਾਂ ਅਸੀਂ ਪਰ ਮੈਂ ਵੇਖਿਆ ਕਿ ਉਹਦੇ ਵਿੱਚ ਕੋਈ ਇੰਨਾ ਵਧੀਆ ਨਹੀਂ ਸੀ ਹੈਗਾ ਸਾਡਾ ਸਾਗ ਤਾਂ ਅਤੇ ਹੁਣ ਇਹਨਾਂ ਬੱਚਿਆਂ ਦਾ ਖਾਣਾ ਜਿਹੜਾ ਵਾ ਅਸੀਂ ਆਪ ਨਾਲ ਬਣਾ ਕੇ ਭੇਜਦੇ ਹਾਂ ਦੁਪਹਿਰ ਦੀ ਛੁੱਟੀ ਦੇ ਟਾਈਮ। ਤਾਂ ਜਦੋਂ ਬੱਚਾ ਤੁਹਾਡੇ ਕੋਲ ਸ਼ੁਰੂਆਤ 'ਚ ਆਉਂਦਾ ਤਾਂ ਕਿਸ ਤਰ੍ਹਾਂ ਫਿਰ ਐਡਜਸਟ ਕਰ ਜਾਂਦੇ ਹਨਗੇ ਬੱਚੇ? ਹਾਂਜੀ, ਜ਼ਿਆਦਾਤਰ ਜਿਹੜੇ ਬੱਚੇ ਹੈਗੇ ਆ ਉਹ ਇੱਕ ਦੋ ਚਾਰ ਦਿਨ ਦੇ ਵਿੱਚ ਵਿੱਚ, ਕਈ ਬੱਚੇ ਤਾਂ ਇਹੋ ਜਿਹਾ ਕਿ ਸੇਮ ਡੇ ਹੀ ਉਹ ਆਉਂਦੇ ਆ ਵੀ ਗੱਲ ਹੀ ਕੋਈ ਨਹੀਂ, ਸਾਨੂੰ ਮਹਿਸੂਸ ਹੋ ਰਿਹਾ ਕਿ ਇੱਥੇ ਬਹੁਤ ਵਧੀਆ। ਅਤੇ ਨਹੀਂ ਤਾਂ ਕੁਝ ਬੱਚੇ ਜਿਹੜੇ ਹੁੰਦੇ ਥੋੜ੍ਹਾ ਕਰਦੇ ਆ ਕਿਉਂਕਿ ਉਹਨਾਂ ਨੂੰ ਮਾਹੌਲ ਨਹੀਂ ਮਿਲਿਆ ਹੁੰਦਾ। ਹਾਂਜੀ, ਪਰ ਜਦੋਂ ਇਹਨਾਂ ਬੱਚਿਆਂ ਦੇ ਵਿੱਚ ਜਾਣ ਕੇ ਰੱਜਦੇ ਮੱਚਦੇ ਆ, ਜਦੋਂ ਹਫ਼ਤਾ ਡੰਗ ਲੰਘਦਾ ਉਹ ਫਿਰ ਆਉਂਦੇ ਵੀ ਬਹੁਤ ਵਧੀਆ, ਅਸੀਂ ਜਾਣਾ ਨਹੀਂ। ਮੇਰੇ ਕੋਲ ਇਹੋ ਜਿਹੇ ਬੱਚੇ ਹੈਗੇ ਜਿਹੜੇ ਕਹਿੰਦੇ ਆ ਕਿ ਅਸੀਂ ਪਲੱਸ ਟੂ ਤੋਂ ਕਰਕੇ ਘਰ ਜਾਣਾ, ਅਸੀਂ ਪਲੱਸ ਤੋਂ ਪਹਿਲਾਂ ਇੱਕ ਵਾਰੀ ਛੁੱਟੀ ਕੱਟਣ ਵੀ ਨਹੀਂ ਜਾਣਾ। ਅੱਛਾ, ਇਹੋ ਜਿਹੇ ਬੱਚੇ ਵੀ ਹੈਗੇ ਇੱਥੇ ਮੇਰੇ ਕੋਲ। ਤਾਂ ਫਿਰ ਉਹਨਾਂ ਦੇ ਮਾਪੇ ਤਾਂ ਆਉਂਦੇ ਹੋਣੇ ਆ ਕਿ ਬੇਟਾ ਫਿਰ ਅਸੀਂ ਮਿਲਣ ਆ ਜਾਂਦੇ ਤੁਹਾਨੂੰ ਜੇ ਤੁਸੀਂ ਨਹੀਂ ਘਰ ਆਉਣਾ ਤਾਂ? ਹਾਂ, ਉਹ ਬੱਚੇ ਨੇ ਕਹਿੰਦੇ ਹੁੰਦੇ ਆ, ਉਹ ਇਹੋ ਜਿਹੇ ਬੱਚੇ ਜਿਹਨਾਂ ਦਾ ਨਾ ਮਾਂ ਛੱਡ ਕੇ ਚਲੇ ਗਈ ਆ ਅਤੇ ਬਾਪ ਹੈਗਾ। ਹਾਂਜੀ, ਅਤੇ ਉਹ ਕਈ ਵਾਰ ਕਦੀ ਕਦੇ ਮਿਲ ਕੇ ਜਾਂਦੇ ਆ ਉਹਨਾਂ ਨੂੰ। ਅਤੇ ਬਾਕੀ ਬੱਚਿਆਂ ਨੂੰ ਹਰ ਤਰ੍ਹਾਂ ਦਾ ਸਾਡੀ ਕੋਸ਼ਿਸ਼ ਹੁੰਦੀ ਆ ਕਿ ਇਹਨਾਂ ਨੂੰ ਇਹ ਮਹਿਸੂਸ ਹੀ ਨਾ ਹੋਵੇ ਕਿ ਇਹਨਾਂ ਨੂੰ ਮਾਂ ਬਾਪ ਦੀ ਘਾਟ ਹੈਗੀ ਹੈ। ਜਿੰਨੇ ਸਾਡੇ ਇੱਥੇ ਸੇਵਾਦਾਰ ਨੇ, ਸੇਵਾਦਾਰ ਜਿਹੜੀਆਂ ਜਾਂ ਬੀਬੀਆਂ ਨੇ, ਉਹ ਵੀ ਬੱਚੇ ਨੂੰ ਹਰ ਇੱਦਾਂ ਪਿਆਰ ਕਰਦੇ ਆ ਕਿ ਜਿਵੇਂ ਆਪਣਾ ਬੱਚਾ ਹੁੰਦਾ। ਤਾਂ ਭਾਈ ਸਾਹਿਬ, ਜਦੋਂ ਫਿਰ ਗਰਮੀਆਂ ਦੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਤਾਂ ਫਿਰ ਬੱਚੇ ਇੱਥੇ ਰਹਿੰਦੇ ਆ ਕਿ ਜਾਂ ਤੁਸੀਂ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਕਮਾਉਣ ਲੈ ਜਾਂਦੇ ਹੋ? ਹਾਂਜੀ, ਗਰਮੀਆਂ ਦੀ ਛੁੱਟੀਆਂ ਦੇ ਵਿੱਚ ਫਿਰ ਅਸੀਂ ਇੱਕ ਟ੍ਰਿਪ ਖੜਦੇ ਹਾਂ ਬਾਹਰ ਕਿ ਜਿਹੜਾ ਇਹਨਾਂ ਨੂੰ ਮਨਸੂਰੀ, ਰਿਸ਼ੀਕੇਸ਼, ਆਪਣਾ ਹਰਿਦੁਆਰ, ਨੈਣੀਤਾਲ, ਪਾਉਂਟਾ ਸਾਹਿਬ, ਹੋਰ ਜਗ੍ਹਾ ਜਗ੍ਹਾ 'ਤੇ ਉਹਨੂੰ ਘੁੰਮਾਇਆ ਜਾਂਦਾ ਇਹਨਾਂ ਨੂੰ। ਹਾਂਜੀ, ਅਤੇ ਆਨੰਦ ਮਾਣਦੇ ਆ। ਹਾਂਜੀ, ਅਤੇ ਅਸੀਂ ਵੀ ਖੁਸ਼ ਹੁੰਦੇ ਹਾਂ, ਨਾਲ ਮੇਰੀਆਂ ਛੁੱਟੀਆਂ ਹੋ ਜਾਂਦੀਆਂ ਨੇ। ਇਹਨਾਂ ਤੋਂ ਬਗੈਰ ਮੈਂ ਛੁੱਟੀਆਂ ਕੱਟ ਨਹੀਂ ਸਕਦਾ, ਮੈਂ ਤਾਂ ਇਹਨਾਂ ਨਾਲ ਹੀ ਛੁੱਟੀਆਂ ਕੱਟਦਾ। ਭਾਈ ਸਾਹਿਬ, ਫਿਰ ਇੰਨਾ ਖਰਚਾ ਜਿਹੜਾ ਤੁਸੀਂ ਆਪਣੀ ਕਿਰਤ 'ਚੋਂ ਕੱਢ ਰਹੇ ਹੋ? ਹਾਂਜੀ, ਮੈਂ ਆਪਣੀ ਕਿਰਤ 'ਚੋਂ ਜੋ ਪਰਮਾਤਮਾ ਨੇ ਮੈਨੂੰ ਕਿਰਤ ਦਿੱਤੀ ਆ ਉਹਦੇ ਵਿੱਚੋਂ ਕੁਝ ਮੇਰੀ ਪੈਨਸ਼ਨ ਆ, ਕੁਝ ਮੇਰੀ ਜੀ ਡੀ ਸਿੰਘ ਦੀਆਂ ਲੈਕਚਰ ਆ ਰਿਹਾ ਉਹ ਆ, ਸਾਰਾ ਪਰਿਵਾਰ ਆ, ਹੋਰ ਉਹਨਾਂ ਯਾਰ ਬੇਲੀ ਆ ਉਹ ਥੋੜ੍ਹੀ ਜਿਹੀ ਮਦਦ ਕਰ ਦਿੰਦੇ ਆ, ਅਤੇ ਬਾਕੀ ਜੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਆਪਾਂ ਨੂੰ ਗੁਰੂ ਸਾਹਿਬ ਦਾ ਹੁਕਮ ਨਹੀਂ ਗਾ ਕਿ ਮੰਗਣਾ, ਮੰਗਣ ਨਹੀਂ ਜਾਣਾ। ਹਾਂ, ਪਿਆਰ ਨਾਲ ਕੋਈ ਸੇਵਾ ਦੇ ਦੇ, ਆਣ ਕੇ ਵੇਖੋ ਵੇਖੋ ਵੀ ਕਿੱਦਾਂ ਚੱਲ ਰਿਹਾ ਵਾ। ਹਾਂਜੀ, ਅਤੇ ਉਹ ਸੇਵਾ ਆਪਾਂ ਅਸੀਂ ਨਾ ਨਹੀਂ ਕਰਦੇ ਕਿ ਹੱਥ ਜੋੜ ਕੇ ਸੇਵਾ ਲੈਂਦੇ ਹਾਂ, ਪਰ ਮੰਗਣ ਨਹੀਂ ਜਾਣਾ। ਤਾਂ ਮੈਂ ਲਾਸਟ ਟਾਈਮ ਦੇ ਵਿੱਚ ਮੈਨੂੰ ਇੰਨੀਆਂ ਮੁਸ਼ਕਲਾਂ ਪਈਆਂ, ਮੈਨੂੰ 3 ਮੱਝਾਂ ਵੇਚਣੀਆਂ ਪਈਆਂ, 40 ਬੱਕਰੀਆਂ ਵੇਚਣੀਆਂ ਪਈਆਂ, ਫਿਰ ਮੈਨੂੰ 3 ਕਿੱਲੇ ਜ਼ਮੀਨ ਵੇਚਣੀ ਪਈ। ਹਾਂਜੀ, ਪਰ ਮੈਂ ਖੁਸ਼ ਹਾਂ, ਜਿੰਨਾ ਜਿਹੜਾ ਮੇਰਾ ਜੀਵਨ ਚੱਲਦਾ ਕਿਸੇ ਵੀ ਹਿਸਾਬ ਨਾਲ, ਮੈਂ ਤਾਂ ਮੇਰੇ ਤੋਂ ਬਾਅਦ ਵੀ ਇਹ ਸਿਸਟਮ ਚੱਲਦਾ ਰਹੇ, ਇੱਥੋਂ ਬੱਚਿਆਂ ਦਾ ਬੱਚਿਆਂ ਨੂੰ ਜੀਵਨ ਮਿਲਦਾ ਰਹੇ, ਬਸ ਮੇਰੀ ਆ ਕੋਸ਼ਿਸ਼। ਬੱਚਿਆਂ ਦੇ ਫਿਰ ਜਿਹੜਾ ਖਾਣਾ ਬਣਾਉਂਦਾ ਉਹਨਾਂ ਲਈ ਤੁਸੀਂ ਇੱਥੇ ਫਿਰ ਸ਼ੈਫ ਰੱਖੇ ਹੋਏ ਨੇ, ਕੁੱਕ ਰੱਖੇ ਆ? ਹਾਂਜੀ, ਇੱਥੇ ਆਪਣਾ ਕੁੱਕ ਆ, ਸੇਵਾਦਾਰ ਹੀ ਕਹੂੰਗਾ ਮੈਂ, ਤਾਂ ਪਰਿਵਾਰ ਹੀ ਆ ਪੂਰਾ, ਉਹ ਬੱਚਿਆਂ ਦਾ ਖਾਣਾ ਤਿਆਰ ਕਰਦੇ ਆ। ਹਾਂਜੀ, ਤਾਂ ਫਿਰ ਜਿੰਨੇ ਬੱਚੇ ਨੇ ਇਸ ਸਮੇਂ, ਫਿਰ ਉਹਨਾਂ ਦੀ ਦੇਖਭਾਲ ਸਾਰੀ ਤੁਸੀਂ ਕਰਦੇ ਹੋ ਕਿ ਜਾਂ ਹੋਰ ਵੀ ਸਟਾਫ ਰੱਖਿਆ ਨਾਲ? ਨਾ ਜੀ, ਜਿੰਨੇ ਇੱਥੇ ਹੋਰ ਵੀ ਸੇਵਾਦਾਰ ਨੇ, ਹਾਂ ਸੇਵਾਦਾਰ ਨੇ, ਕੋਈ ਰਾਤ ਦੀ ਡਿਊਟੀ 'ਤੇ ਆ, ਕੋਈ ਦਿਨ ਦੀ ਡਿਊਟੀ 'ਤੇ ਆ, ਕੁਝ ਬੱਚਿਆਂ ਦੀ ਬੀਬੀਆਂ ਨੇ ਜਿਹੜੀਆਂ ਬੇਟੀਆਂ ਵਾਲੇ ਸੇਵਾ ਕਰ ਰਹੀਆਂ ਨੇ। ਹਾਂਜੀ, ਕਿ ਰਲ ਕੇ ਕਰ ਰਹੇ ਹਾਂ ਸਾਰੇ ਅਸੀਂ। ਤਾਂ ਜੇਕਰ ਕਿਸੇ ਨੇ ਆਪਣੇ ਬੱਚੇ ਦੀ ਇੱਥੇ ਐਡਮਿਸ਼ਨ ਕਰਵਾਉਣੀ ਆ ਤਾਂ ਕਿਸ ਤਰ੍ਹਾਂ ਕਰਵਾ ਸਕਦਾ? ਇੱਥੇ ਜੀ ਸਾਡੇ ਕੋਲ ਆਣ ਕੇ ਸੰਪਰਕ ਕਰੇ, ਫੋਨ ਨੰਬਰ ਸਾਡਾ ਦੱਸ ਦਿੰਦੇ ਹਾਂ, ਇਹ 82 83 82 98 47, ਇੱਥੇ ਸਾਨੂੰ ਫੋਨ ਕਰੋ। ਬਾਕੀ ਇਹ ਜ਼ਰੂਰੀ ਹੈ ਸਾਡੇ ਵਾਸਤੇ ਕਿ ਉਹ ਬੱਚਾ ਜਿਹੜਾ ਵੀ ਆਵੇ, ਜੇ ਉਹਦਾ ਮਾਂ ਬਾਪ ਹੈ
ਅਤੇ ਉਹ ਗਰੀਬ ਪਰਿਵਾਰ ਦਾ ਹੋਣਾ ਚਾਹੀਦਾ ਕਿ ਉੱਥੇ ਅਸੀਂ ਸਿਰਫ ਬੇਟੀਆਂ ਦਾ ਲੈਂਦੇ ਆਪਣਾ ਇੱਥੇ ਆਪਣੇ ਕੋਲ ਰੱਖਦੇ ਹਾਂ, ਅਤੇ ਜਿਨ੍ਹਾਂ ਦਾ ਬੱਚਿਆਂ ਦਾ ਮਾਂ ਬਾਪ ਨਹੀਂ ਹੈਗਾ, ਹਾਂਜੀ ਉਹ ਬੇਟੀ ਬੇਟੇ 'ਚ ਕੋਈ ਅੰਤਰ ਨਹੀਂ ਗਾ, ਉਹਨਾਂ ਨੂੰ ਅਸੀਂ ਇੱਥੇ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਆਣ ਕੇ ਉਹਦੀ ਜੋ ਉਹਨਾਂ ਦਾ ਆਪਣਾ ਪਹਿਲਾਂ ਟੈਸਟ ਵਗੈਰਾ ਲਿਆ ਜਾਊਗਾ, ਫਿਰ ਸਾਨੂੰ ਸਰੀਰਕ ਬਿਮਾਰੀ ਬਾਰੇ ਦੱਸਿਆ ਜਾਵੇ ਕਿ ਉਹਨਾਂ ਨੂੰ ਬਿਮਾਰ ਤਾਂ ਨਹੀਂ ਗਏ ਜਾਂ ਕੋਈ ਉਹਨਾਂ ਨੂੰ ਸੂਦਾ ਰੋਗ ਤਾਂ ਨਹੀਂ ਗਾ, ਇਹਦੇ ਬਾਰੇ ਸਾਨੂੰ ਚਾਹੀਦਾ ਹੈਗਾ, ਉਹਨਾਂ ਦੇ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਆ। ਹਾਂਜੀ ਆਹ ਸਾਡੇ ਆ ਗਈ ਇੱਥੇ, ਮਤਲਬ ਕਿ ਤੁਸੀਂ ਪਹਿਲਾਂ ਸਾਰੀ ਇੰਸਪੈਕਸ਼ਨ ਵੈਰੀਫਿਕੇਸ਼ਨ ਕਰਵਾਉਂਦੇ ਹੋ, ਫਿਰ ਉਸ ਤੋਂ ਬਾਅਦ ਬੱਚੇ ਦੀ ਇੱਥੇ ਜਿਹੜੀ ਆ ਉਹ ਦੇਖਭਾਲ ਨੂੰ ਰੱਖਦੇ ਹੋ? ਹਾਂਜੀ ਹਾਂਜੀ, ਪਹਿਲਾਂ ਸਾਰੀ ਆਪਣਾ ਉਹਦੀ ਵੈਰੀਫਿਕੇਸ਼ਨ ਕਰਕੇ ਫਿਰ ਹੀ ਬੱਚੇ ਨੂੰ ਇੱਥੇ ਰੱਖਿਆ ਜਾਂਦਾ। ਧੰਨਵਾਦ, ਤੁਹਾਡਾ ਧੰਨਵਾਦ। ਸੋ ਇਹ ਸਨ ਸਾਡੇ ਨਾਲ ਭਾਈ ਸਾਹਿਬ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਵੱਲੋਂ ਵਿਦੇਸ਼ੀ ਧਰਤੀ ਛੱਡ ਆਪਣੇ ਪਿੰਡ ਆ ਕੇ ਉਹਨਾਂ ਬੱਚਿਆਂ ਦੀ, ਉਹਨਾਂ ਗਰੀਬ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਆ, ਉਹਨਾਂ ਨੂੰ ਫ੍ਰੀ ਵਿਦਿਆ ਮੁਹੱਈਆ ਕਰਵਾਈ ਜਾ ਰਹੀ ਆ। ਸੋ ਤੁਸੀਂ ਪੰਜਾਬ ਨਿਊਜ਼ ਦੇ ਨਾਲ ਜੁੜੇ ਹੋਏ ਸੀ, ਪਿੰਡ ਨੰਗਲਸੋਲ ਤੋਂ ਪ੍ਰਦੀਪ ਅਰੋੜਾ।